ਪਾਸੇ ਤੇ ਭਲੂਰ ਦੀ ਟੀਮ ਗੁਰਦੁਆਰਾ ਸਾਹਿਬ ਦੀ ਸਾਈਡ ਖੇਡੇਗੀ ਜਾਂ ਸਰਸਾਰ ਤੇ ਹੱਸੜ ਪੱਟੀ ਜਲਦੀ ਤੋਂ ਜਲਦੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆਉਣਗੀਆਂ ਲਓ ਜੀ ਪਹਿਲੀ ਕਬੱਡੀ ਇਸ ਵੇਲੇ ਭਲੂਰ ਦੀ ਧਰਤੀ ਦਾ ਇਸ ਵੇਲੇ ਨੌਜਵਾਨ ਪਾਉਂਦਾ ਹੋਇਆ ਸਰਦਾਰ ਮਿਹਰ ਸਿੰਘ ਜੀ ਬਰਾੜ ਸਾਹਿਬ ਕਬੱਡੀ ਪ੍ਰਮੋਟਰ ਦਾ ਪਿੰਡ ਆ ਮੇਰੇ ਵੀਰੋ ਜਿਨ੍ਹਾਂ ਨੇ ਇੱਕ ਨਹੀਂ ਕਬੱਡੀ ਦੇ ਨੇਕਾਂ ਖਿਡਾਰੀ ਪ੍ਰਮੋਟ ਕੀਤੇ ਤੇ ਕੈਨੇਡਾ ਦੀ ਧਰਤੀ ਦੇ ਖੇਡ ਦੇ ਮੌਕੇ ਦਿੱਤੇ ਲਓ ਸਾਹਮਣੇ ਇੱਕ ਪਾਸੇ ਧੰਨੇ ਸ਼ੀਰ ਦੀ ਧਰਤੀ ਦਾ ਇਸ ਵੇਲੇ ਨੌਜਵਾਨ ਬਹੁਤ ਤਗੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਤੇ ਤਰਸੇਮ ਸਦੌੜ ਵਾਲਾ ਇਸ ਵੇਲੇ ਦਸਤਾ ਵੀ ਪਿਆਰ ਜਿਹੜਾ ਜਾਫੀ ਦੇ ਉੱਤੇ ਪੁਆਇੰਟ ਮੇਰੇ ਵੀਰੋ ਧੰਨਾ ਸ਼ੀਰ ਦੀ ਟੀਮ ਦੇ ਉੱਤੇ ਜੜਦਾ ਹੋਇਆ ਬਹੁਤ ਤਗੜਾ ਮੁਕਾਬਲਾ ਮੇਰੇ ਵੀਰੋ ਕਿ ਕੌਡੀ ਕੌਡੀ ਖੇਡ ਮੁੰਡਿਆ ਤੇਰੀ ਖੇਡ ਤੋਂ ਸੱਦ ਕੇ ਜਾਵਾਂ ਤੇਰੇ ਨਾਲ ਜਹਾਨ ਵਾਸਤਾ ਮੈਂ ਤੇਰਾ ਬਾਲ ਵੀ ਵਿੰਗਾਣਾ ਚਾਹਾਂ ਇਹਨਾਂ ਖਿਡਾਰੀਆਂ ਨੂੰ ਰੱਬ ਲੰਬੀ ਉਮਰ ਬਖਸ਼ੇ ਲਓ ਮੇਰੇ ਵੀਰੋ ਫਿਰ ਜਿਹੜਾ ਇਸ ਵੇਲੇ ਧੰਨੇ ਸ਼ੀਰ ਦਾ ਨਜ਼ਰ ਪਾ ਕਬੱਡੀ ਆਪਣੀ ਟੀਮ ਦੇ ਉੱਤੇ ਜੋੜਦਾ ਹੋਇਆ ਕਿ ਕਬੱਡੀ ਦਾ ਜਨਮ ਪੰਜਾਬ ਦੇ ਵਿੱਚ ਹੋਇਆ ਹਾਂਜੀ ਬਖਤੌਰ ਜੀ ਵੀਰੇ ਦੋ ਮੈਚ ਬਾਕੀ ਨਾਲ ਹੀ ਬਾਜੀ ਕਬੱਡੀ 68 ਕਿਲੋ ਭਾਰ ਦੀ ਅਸੀਂ ਬਾਜੀ ਅਗਲੇ ਰਾਊਂਡ ਦੇ ਜਿਹੜੀਆਂ ਟਾਈਆਂ ਕੱਢਣ ਲੱਗੇ ਆ ਜੇਤੂ ਟੀਮਾਂ ਦੇ ਅੱਗੇ ਖਿਡਾਰੀ ਸਾਡੇ ਕੋਲ ਸਟੇਜ ਤੇ ਆ ਸਕਦਾ ਬਾਅਦ ਵਿੱਚ ਕੋਈ ਵੀ ਖਿਡਾਰੀ ਕੋਈ ਪਲੇਅਰ ਬਾਜੀ ਇਤਰਾਜ਼ ਨਾ ਕਰੇ ਕਿਉਂਕਿ ਸਾਡੇ ਲਈ ਸਾਰੀਆਂ ਟੀਮਾਂ ਇੱਕ ਬਰਾਬਰ ਆ ਚਾਹੇ ਪਿੰਡ ਦੀ ਖੇਡਦੀ ਆ ਤੇ ਚਾਹੇ ਬਾਹਰਲੀ ਟੀਮ ਖੇਡਦੀ ਆ ਜਦੋਂ ਟੂਰਨਾਮੈਂਟ 10 ਕਿਲੋ ਕੱਲ ਸ਼ੁਰੂ ਕੀਤਾ ਸੀ ਨਾ ਬਾਈ ਸਭ ਤੋਂ ਪਹਿਲਾਂ ਪਰਮਾਤਮਾ ਨੇ ਉਹ ਟਾਸਰਾ ਲੈ ਕੇ ਜਿਹੜੀ ਸ਼ੁਰੂਆਤ ਕੀਤੀ ਤੇ ਗੁਰੂ ਘਰ ਦੇ ਵਿੱਚ ਖੜ ਕੇ ਸਾਰੀ ਕਮੇਟੀ ਨੇ ਪ੍ਰਣ ਕੀਤਾ ਵੀ ਆਪਾਂ ਕਿਸੇ ਵੀ ਬੱਚੇ ਦੇ ਨਾਲ ਬੇਇਨਸਾਫੀ ਨਹੀਂ ਕਰਨੀ ਸੱਚੇ ਪਾਤਸ਼ਾਹ ਮਿਹਰ ਕਰੇ ਪਿੰਡ ਜੈਮਲ ਵਾਲਾ ਦੇ ਇਸ ਨਗਰ ਦੇ ਉੱਤੇ ਜਨ ਡੁਗਰੀ ਤੇ ਰਾਜ ਚੌਗਲੀ ਨਾਲ ਖੇਡਾਂ ਨੂੰ ਤਰੱਕੀ ਬਖਸ਼ੀ ਮੇਰਾ ਮਾਲਕ ਤਰਸੇਮ ਸਦੌੜ ਵਾਲਿਆ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਛੋਹ ਪਾਵਨ ਪਵਿੱਤਰ ਧਰਤੀ ਹੈ ਔਰ ਗੁਰੂ ਸਾਹਿਬ ਦੀ ਯਾਦ ਵਿੱਚ ਚੌਥਾ ਕਬੱਡੀ ਕੱਪ ਜਿਹੜਾ ਇੱਥੇ ਕਰਵਾਇਆ ਜਾ ਰਿਹਾ ਅੱਜ ਦੂਸਰਾ ਦਿਨ ਹੈ ਮੇਰੇ ਵੀਰੋ ਜਿੱਥੇ ਬਹੁਤ ਵੱਡਾ ਕਬੱਡੀ ਦਾ ਕੱਪ ਕਰਾਇਆ ਜਾਂਦਾ ਲਓ ਜੁਗਨੂ ਧੰਨੇ ਸ਼ਹੀਦ ਦੀ ਧਰਤੀ ਦਾ ਭਰੇ ਹੋਏ ਦੋਨੇ ਚੌਲੇ ਮੇਰੇ ਵੀਰੋ ਇਸ ਵੇਲੇ ਦੋਨਾਂ ਖਿਡਾਰੀਆਂ ਦਾ ਲੱਗਦਾ ਹੋਇਆ ਜ਼ੋਰ ਤੇ ਸਫਲਤਾ ਜਿਹੜੀ ਜਾਫੀ ਦੇ ਕੰਨ ਵਿੱਚ ਚੁੰਮਦੀ ਹੋਈ ਪੁਆਇੰਟ ਮੇਰੇ ਵੀਰੋ ਧੰਨਾ ਸ਼ਹੀਦ ਦੀ ਟੀਮ ਦੇ ਉੱਤੇ ਜੁੜਦਾ ਹੋਇਆ ਕਬੱਡੀ ਦਾ ਜਨਮ ਪੰਜਾਬ ਦੇ ਵਿੱਚ ਹੋਇਆ ਗੁਰਤੀ ਦਿੱਤੀ ਨੂੰ ਪੰਜਾਬ ਪਾਣੀਆਂ ਨੇ ਬਦਲ ਖੁੱਲਣ ਲਈ ਪੰਜਾਬ ਦੀ ਗੋਦ ਮਿਲ ਗਈ ਪਾਲਿਆ ਪਰੋਸਿਆ ਪੰਜਾਬੀ ਸਵਾਣੀਆਂ ਨੇ ਕਬੱਡੀ ਤੇ ਜੋਬੜਾ ਆ ਚੜਿਆ ਪੈਂਦੀਆਂ ਦੇਸ਼ ਵਿਦੇਸ਼ ਵਿੱਚ ਕਹਾਣੀਆਂ ਨੇ ਕਬੱਡੀ ਤੇ ਜੋਬੜਾ ਆ ਚੜਿਆ ਲਓ ਨੰਬਰ ਜਿਹੜਾ ਮੇਰੇ ਵੀਰੋ ਧੰਨੇ ਸ਼ਹੀਦ ਦੀ ਟੀਮ ਦੇ ਉੱਤੇ ਜੁੜਦਾ ਹੋਇਆ ਪਾ ਦੀ ਨੌਜਵਾਨਾਂ ਰੇਡ ਲਓ ਸਾਹਮਣੇ ਮੇਰੇ ਵੀਰੋ ਇਸ ਵੇਲੇ ਨੌਜਵਾਨ ਦਾ ਭਲੂਰ ਪਿੰਡ ਹੈ ਤੇ ਸਾਹਮਣੇ ਕਬੱਡੀ ਪਾਉਂਦਾ ਹੋਇਆ ਚਟਾਨਾ ਵਰਗੇ ਸਾਹਮਣੇ ਥੰਮਣਾ ਵਰਗੇ ਜਾਫੀ ਹਲਕਾ ਜਿਹਾ ਅਟੈਕ ਕਰਦਾ ਹੋਇਆ ਲਓ ਤਰਸੇਮ ਸਰਦਾਰ ਦਾ ਦੱਸਦਾ ਵੀ ਨੰਬਰ ਜਿਹੜਾ ਮੇਰੇ ਵੀਰੋ ਭਲੂਰ ਦੀ ਟੀਮ ਦੇ ਉੱਤੇ ਜੁੜਦਾ ਹੋਇਆ ਲਓ ਸਾਹਮਣੇ ਮੇਰੇ ਵੀਰੋ ਅਗਲੀ ਕਬੱਡੀ ਜਿਹੜੀ ਮੈਦਾਨ ਦੇ ਵਿੱਚ ਇਸ ਵੇਲੇ ਨੌਜਵਾਨ ਪਾਉਂਦਾ ਹੋਇਆ ਧੰਨੇ ਸ਼ਹੀਦ ਦੀ ਧਰਤੀ ਦਾ ਮੇਰੇ ਵੀਰੋ ਮਾਣ ਕਮੋਤੀ ਲਓ ਸਾਹਮਣੇ ਦੋਨਾਂ ਜਾਫੀਆਂ ਨੂੰ ਮੂਹਰੇ ਲਾਇਆ ਨੌਜਵਾਨ ਨੇ ਤੇ ਸਾਹਮਣੇ ਜੀਦਾ ਨਾਲ ਕਬੱਡੀ ਪਾਉਂਦਾ ਹੋਇਆ ਬੜਾ ਪਿਆਰਾ ਅੰਦਾਜ਼ ਮੇਰੇ ਵੀਰੋ ਕਬੱਡੀ ਪਾਉਂਦਾ ਇਸ ਖਿਡਾਰੀ ਦਾ ਉਧਰ ਜੱਸੀ ਚੰਦ ਨਵੇਂ ਵਾਲਾ ਕਬੱਡੀ ਖਿਡਾਰੀ ਵੀ ਮਾਣਦਾ ਹੋਇਆ ਇਹਨਾਂ ਮੈਚਾਂ ਦਾ ਆਨੰਦ ਤੇ ਟੈਣੀ ਚੰਦ ਨਵੇਂ ਦਾ ਕੈਨੇਡਾ ਦੀ ਧਰਤੀ ਤੇ ਬੈਠ ਕੇ ਇਹਨਾਂ ਮੈਚਾਂ ਦਾ ਆਨੰਦ ਮਾਣਦਾ ਹੋਇਆ ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਦੇਖਦੇ ਵੀ ਭਲੂਰ ਵਾਲਾ ਨੌਜਵਾਨ ਪਾਉਂਦਾ ਹੋਇਆ ਕੇ ਪ੍ਰੌੜ ਚਾਰੀ ਦੇ ਵਿੱਚ ਪੰਜਾਬ ਅੱਗੇ ਆਏ ਗਏ ਦਾ ਕਰ ਸਨਮਾਨ ਪੂਰਾ ਫਰਸ਼ ਤੋਂ ਅਰਸ਼ ਤੇ ਕਬੱਡੀ ਨੂੰ ਪਹੁੰਚਾ ਦਿੱਤਾ ਐਨਆਰਈ ਭਰਾਵਾਂ ਦਾ ਕਬੱਡੀ ਨੂੰ ਯੋਗਦਾਨ ਪੂਰਾ ਬਾਜੀਆਂ ਕੈਂਚੀਆਂ ਲੱਗਦੇ ਜੱਫਿਆਂ ਨੂੰ ਲਾ ਕੇ ਦੇਖਦਾ ਜੱਗ ਧਿਆਨ ਪੂਰਾ ਭਦੌੜ ਵਾਲਿਆ ਪੰਜਾਬੀਆਂ ਦੀ ਖੇਡ ਨੇ ਕਰ ਦਿੱਤਾ ਇਹ ਸ਼ਦਾਈ ਜਹਾਨ ਪੂਰਾ ਭਦੌੜ ਵਾਲਿਆ ਪੰਜਾਬੀਆਂ ਦੀ ਖੇਡ ਨੇ ਅੱਜ ਮੇਰੇ ਵੀਰੋ ਰੋਹੀਆਂ ਦੇ ਟਿੱਬਿਆਂ ਦੇ ਵਿੱਚ ਖੇਡੀ ਜਾਣ ਵਾਲੀ ਕਬੱਡੀ ਕੱਖਾਂ ਦੀ ਕਬੱਡੀ ਲੱਖਾਂ ਦੀ ਤੇ ਕਰੋੜਾਂ ਦੀ ਖੇਡ ਬਣ ਚੁੱਕੀ ਆ ਮੇਰੇ ਵੀਰੋ ਗੱਡੀਆਂ ਦੇ ਨਾਲ ਮੋਟਰਸਾਈਕਲਾਂ ਦੇ ਨਾਲ ਸੋਨੇ ਦੇ ਕੈਂਠਿਆਂ ਦੇ ਨਾਲ ਇਹਨਾਂ ਖਿਡਾਰੀਆਂ ਦੇ ਮਾਣ ਹੁੰਦੇ ਆ ਲਓ ਸਾਹਮਣੇ ਨੰਬਰ ਲੈ ਕੇ ਨੌਜਵਾਨ ਧੰਨੇ ਸ਼ਹੀਦ ਦਾ ਇਸ ਵੇਲੇ ਪਿਆਰ ਜਿਹੜਾ ਮੇਰੇ ਵੀਰੋ ਧੰਨੇ ਸ਼ਹੀਦ ਦੀ ਟੀਮ ਦੇ ਉੱਤੇ ਜੋੜਦਾ ਹੋਇਆ ਨਾਲ ਹੀ ਮੇਰਾ ਦਿਲ ਨਰਮਲ ਲੱਗਿਆ ਨਾ ਵਿਚਾਰੀ ਖਿਸਰ ਵੇ ਵਾਰੀ ਵਾਰੀ ਬਾਜੀ ਜਿਹੜੀਆਂ ਜੋੜੀਆਂ ਮੇਰੇ ਵੀਰ ਦਿੰਦੇ ਰਹਿਣਗੇ ਸਰਦਾਰ ਗੁਰਦੀਪ ਸਿੰਘ ਜੀ ਖਜਾਨ ਸਿੰਘ ਨੇ ਕਲੱਬ ਦੇ ਸਾਂਸਦ ਜੀ
बहुत बहुत धन्यवाद करते भाई गुरदीप सिंह होना का जिन्होंने मुंडिया ने भेज दिए अपन ड्यूटियां निभाइया सवार सिंह जी गुरदीप भाई ड्राइवर भिंदर सिंह जी पिंडा गेजी जोरा सिंह जी इन्हों नौजवानों का भी आप धन्यवाद करते हैं जिन्होंने गुरु के लंगरों के मेरे भीर तिने दिन सेवा करनी है जगराज सिंह जी न्यूजीलैंड सरदार जैत सिंह जी जयपा रौनक सिंह जी खालसा दारा सिंह जी सरपंच जी प्रधानगी ने गुरद्वारा साहब की कमेटी के कुलवंत सिंह जी खालसा सारे वीर का आप धन्यवाद करा सरदार जगा सिंह जी सरपंच चंद नवा पिंड मलगिरी जिन्हों का सरदार सूबा सिंह जी सरपंच जगतार सिंह जी सरपंच कनेडा गुरमीत सिंह जी जनरल सकत्र बाबा चमकौर सिंह जी मास्टर पाल सिंह जी मास्टर अमरजीत सिंह जी महिंदर सिंह जी ढिंडा बरतौर सिंह जी नंबरदार भाई भोला जी पप्पा सिंह जी प्रधान सोसायटी के होर भी बड़िया मान योग मेरे वीर शिक्षित स्टेज से विराजमान से आप सारे नगर का ही धन्यवाद करते समुची ग्राम पंचायत एन आर ए वीर लो जी इसे ही मुकाबला समाप्त उधर साड़ी जिंदगी का बहुत ही प्यारा वीर भाई राज चंद नवा मेरे वीर वह भी मानते हुए मुकाबले का आनंद लो जी इस मैच के धन्ना शहीद की टीम जित गई बखतौर मर जी नोट कर लो धन्ना शहीद इस मैच के जेतू रहे हैं अगला मैच कराओ जी जानसर सहौर से हसर पट्टी दीम जो सेंटर लाइन के उत्ते हो जानसर सहौर से हसन पट्टी मेरे वीरों फरीदकोट जिले का पेंडा लाडी का पेंडा एशिया कबड्डी कप खेडिया लाडी हसन पट्टी की धरती का मेरे वीरों गोरे गोले वाली का एरिया है एक पासे हसन पट्टी की टीम होगी दूसरे पासे जन सहौर की टीम होगी एक पासे मेरे वीरों जन सहौर बरनाला जिला गुरप्रीत जंगियाना डॉक्टर कौलो वाले बड़े तगड़े कबड्डी के खिलाड़ी सलाके ने पैदा की है मेरे वीरों एक पासे बरनाले जिले में बिलोंग करता हुआ पिंड जानसर सहौर तो दूसरे पासे फरीदकोट जिले का पिंड होगा हसन पट्टी मेरे वीरों ठाट किलो के दूजे राउंड का खेला जा रहा है मैं बेनती करना बच्चियां दे लड़कियां दे दोनों टीमां फाइनल मैच के लिए जल्दी तो जल्दी ग्राउंड आ जाए लड़कियां का फाइनल मैच फिर इस बाद करवाया जाएगा मेरे वीरों लो एक पासे जानसर सहौर तो दूसरे पासे हसन पट्टी की टीम मेरे वीरों जिहड़ा मुकाबला हुण तक जा रहा साडे वीर भाई जिंदगी का बहुत ही प्यारा वीर सरदार दास जी तारी हां कंग चंद नवा मेरे वीरों से भाई राज साडे प्रधान साहब भी बैठे ने बहुत ही जल्दी आप चंद नवे के कबड्डी कप दी डेटा भी जिहड़ियां तुहाडे नाल साझा करांगे मेरे वीरों आओ जी जानसर सहौर की टीम हथ खड़ा करो जी जानसर सहौर की टीम राजे कबड्डी ग्राउंड की वीरां नोट करी खेतों वाले पासे जानसर सहौर की टीम खेडेगी और हसन पट्टी मेरे वीरो इस वेले गुरद्वारा साहब की गेट वाले पासे गोरा जंडवाल की धरती का आ गया मेरे वीरो आ खिलाड़ी का पिंड जंडवाला मेरे वीरो कई मशहूर पिंड है जिथे कई बढ़दियां मेरे वीरो फिरोजपुर जिले का लास्ट पिंड है इस वेले जंडवाल की धरती का गोरा पत्तो हीरा अकैडमी के लिए साधु सिंह जी बराड़ साहब की टीम के लिए खेलता मेरे वीरो दूजे पासे सहौर वाला लो तरसेम सदौर का करता फैसला भी पिंड जरा हसन पट्टी की टीम दे जुड़ता हुआ कोई मुल नहीं पैदा कार तू चले लख लख की कौडी जफा कले कले का लो बिला आखते भी जानसर सहौर का मेरे वीर इस वे कबड्डी पाँगा होया एक बिला गालब वाला एक बिला मेरे वीर चिरक वाला तुहाडे इस एरिए का खिलाड़ी लो सामने मेरे वीर बिला जानसर सहौर का बरनाले जिले का खिलाड़ी कबड्डी पाँगा होया दूसरे पासे वेखांगे भी जाफिया की कतार दे विचों हसन पट्टी पिंड मेरे वीर फरीदकोट जिला गोरे गोले वाली कबड्डी खिलाड़ी का एरिया है एक पासे सहौर वाला बिला तगड़ा खिलाड़ी मेरे वीर पा कबड्डी नंबर जरा सहौर की टीम दे से जोड़ता हुआ आ खिलाड़ी मेरे वीर नौजवान जिला हुण कबड्डी पाउंदा मौजगी दे कबड्डी कप दे
ਪੰਜਾਬ ਚੈਂਪੀਅਨਸ਼ਿਪ ਦਾ ਉੱਥੇ ਭਾਵੀ ਲਾਣਿਆ ਗਿਆ ਲੋਕਲ ਜੀਤ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਇੱਕ ਮਸੀਹਾ ਦੀ ਧਰਤੀ ਦਾ ਮੇਰੇ ਵੀਰੋ ਇੱਕ ਕੁਲਜੀਤ ਸਿੰਘ ਸਾਹਮਣੇ ਹਸਨ ਪੱਟੀ ਦਾ ਕਬੱਡੀ ਪਾਉਂਦਾ ਹੋਇਆ ਤੇ ਦੂਸਰੇ ਪਾਸੇ ਸਹਾਰ ਵਾਲਾ ਮੇਰੇ ਵੀਰੋ ਕਾਲਾ ਬਹੁਤ ਤਗੜਾ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਹੋਇਆ ਲਓ ਖੇਡ ਮੈਦਾਨ ਦੇ ਵਿੱਚ ਦੋਨਾਂ ਖਿਡਾਰੀਆਂ ਦਾ ਲੱਗਿਆ ਹੋਇਆ ਜ਼ੋਰ ਤੇ ਪੈਰ ਜਿਹੜਾ ਮੇਰੇ ਵੀਰੋ ਜਾਫੀ ਦੇ ਉੱਤੇ ਪੈਰ ਇਸ ਵੇਲੇ ਸਹਾਰ ਦੀ ਟੀਮ ਦੇ ਉੱਤੇ ਜੁੜਦਾ ਹੋਇਆ ਨਾਲ ਹੀ ਲੜਕੀਆਂ ਦੇ ਦੋਨੇ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ 'ਚ ਆ ਜਾਣ ਜੀ ਨਾਲ ਹੀ ਬਾਜੀ ਲੜਕੀਆਂ ਦੇ ਮੈਚ ਤੋਂ ਬਾਅਦ ਦੂਜੇ ਰਾਊਂਡ ਦੀਆਂ ਟਾਈਆਂ ਨਿਕਲ ਗਈਆਂ ਪਹਿਲਾ ਮੈਚ ਰਸੀ ਖੁਰ ਤੇ ਚੰਦ ਪੁਰਾਣਾ ਏ ਦੀਆਂ ਟੀਮਾਂ ਦਾ ਖੇਡਿਆ ਜਾਵੇਗਾ ਦੂਸਰਾ ਮੈਚ ਵੱਡਾ ਘਰ ਤੇ ਚੰਦ ਨਵਾਂ ਏ ਤੀਸਰਾ ਮੈਚ ਜੈਮਲ ਵਾਲਾ ਏ ਤੇ ਜੇਤੂ ਟੀਮ ਖੇਡੂਗੀ ਆਲਮ ਵਾਲਾ ਤੇ ਵੈਰੋਗੇ ਘੋਲੀਆ ਕਲਾਂ ਤੇ ਡਰੋਲੀ ਭਾਈ ਹਾਕਮ ਸਿੰਘ ਵਾਲਾ ਤੇ ਮੰਜੂਗੇ ਘਲ ਕਲਾ ਏ ਤੇ ਰੋਡੇ ਖਖਰਾਣਾ ਤੇ ਧੱਲੇ ਕੇ ਸਮਾਨ ਸਰ ਤੇ ਬਾਜੀ ਤਲਵੰਡੀ ਭਗੇਰੀਆ ਦੀ ਟੀਮ ਬਾਈ ਦੇ ਵਿੱਚ ਆ ਬਾਈ ਜੀ ਸਮਾਜ ਸਰ ਦੀ ਟੀਮ ਵੀ ਜੇਤੂ ਦੇ ਨਾਲ ਖੇਡੂਗੀ ਕਿਉਂਕਿ ਦੋ ਟੀਮਾਂ ਜਿਹੜੀਆਂ ਬਾਕੀ ਰੱਖੀਆਂ ਗਈਆਂ ਸੀ ਮੇਰੇ ਵੀਰਿਓ ਲਓ ਜ਼ਿੰਮੇਵਾਰੀਆਂ ਸਾਂਭ ਰਹੇ ਨੇ ਲਓ ਬਿੱਲਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਦਰਸਰ ਸਹੌਰ ਪਿੰਡ ਹੈ ਬਰਨਾਲਾ ਜ਼ਿਲ੍ਹਾ ਹੈ ਮੇਰੇ ਵੀਰੋ ਗੁਰਪ੍ਰੀਤ ਵਰਗੇ ਬਹੁਤ ਤਗੜੇ ਕਬੱਡੀ ਦੇ ਸੁਪਰ ਸਟਾਰ ਖਿਡਾਰੀ ਪੈਦਾ ਕੀਤੇ ਨੇ ਇਸ ਜ਼ਿਲ੍ਹੇ ਨੇ ਲਓ ਸਾਡੇ ਵੀਰ ਜੀ ਉਧਰ ਦੱਸ ਰਹੇ ਨੇ ਰੈਫਰੀ ਸਾਹਿਬ ਵੀ ਪੈਰ ਜਿਹੜਾ ਹਸਨ ਪੱਟੀ ਦੀ ਟੀਮ ਦੇ ਉੱਤੇ ਜੁੜਦਾ ਹੋਇਆ ਪਾਵੀ ਨੌਜਵਾਨਾਂ ਕਬੱਡੀ ਲਓ ਮੇਰੇ ਵੀਰੋ ਜੰਡ ਵਾਲਾ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਮੇਰੇ ਵੀਰੋ ਕਈਆਂ ਦਾ ਮਸ਼ਹੂਰ ਕਸਬਾ ਹੈ ਗੋਰਾ ਜੰਡ ਵਾਲੀ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਇੱਕ ਗੋਰਾ ਗੋਲੇ ਵਾਲੀ ਆ ਲਓ ਸਾਹਮਣੇ ਗੋਰਾ ਜੰਡ ਵਾਲੇ ਦਾ ਜਿਹੜਾ ਹਰਜੀਤ ਫੈਂਟ ਦੀ ਕਬੱਡੀ ਕਲੱਬ ਪੱਤੋ ਹੀਰਾ ਦੇ ਲਈ ਖੇਡਦਾ ਮੇਰੇ ਵੀਰੋ ਤੇ ਦੂਸਰੇ ਪਾਸੇ ਸਹਾਰ ਵਾਲਾ ਲਓ ਮੈਦਾਨ ਦੇ ਵਿੱਚ ਲੱਗਿਆ ਹੋਇਆ ਜ਼ੋਰ ਦੋਨਾਂ ਖਿਡਾਰੀਆਂ ਦਾ ਪਰ ਪੈਰ ਜਿਹੜਾ ਗੋਰਾ ਜੰਡ ਵਾਲੇ ਦਾ ਕਬੱਡੀ ਪਾ ਕੇ ਆਪਣੀ ਟੀਮ ਦੇ ਉੱਤੇ ਜੋੜਦਾ ਹੋਇਆ ਪਾਵੀ ਨੌਜਵਾਨਾਂ ਕਬੱਡੀ ਕੇ ਜ਼ੋਰ ਤਕਨੀਕ ਦੀ ਮਾਂ ਖੇਡ ਕਬੱਡੀ ਬਾਹਲੇ ਜ਼ੋਰ ਵਾਲੇ ਧਾਵੀ ਨੂੰ ਜਾਫੀ ਢਾਈ ਜਾਂਦੇ ਨੇ ਬਾਜ ਵਰਗੀ ਹੁੰਦੀ ਨਿਗਾਹ ਜਿਹੜਿਆਂ ਧਾਵੀਆਂ ਦੀ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਟੱਚ ਲਾ ਹੀ ਜਾਂਦੇ ਨੇ ਲੰਘੇ ਵਾਲੀਆਂ ਜੋਧਿਆ ਸਾਂਭ ਲੈਣ ਜਿਹੜੇ ਦਿਨ ਚਾਰ ਜਵਾਨੀ ਦੇ ਫਿਰ ਇੱਕ ਦਿਨ ਵਿੱਚ ਮੈਦਾਨ ਦੇ ਸ਼ਾਹ ਹੀ ਜਾਂਦੇ ਨੇ ਲਓ ਇੱਕ ਪਾਸੇ ਸਹਾਰ ਵਾਲਾ ਤੇ ਦੂਸਰੇ ਪਾਸੇ ਹਸਨ ਪੱਟੀ ਦੀ ਧਰਤੀ ਦਾ ਮੇਰੇ ਵੀਰੋ ਨੌਜਵਾਨ ਲਓ ਸਾਹਮਣੇ ਮੁਕਾਬਲਾ ਹੋ ਗਿਆ ਪਰ ਫਿਰ ਜਿਹੜਾ ਰੇਡਰ ਦੇ ਉੱਤੇ ਪੁਆਇੰਟ ਮੇਰੇ ਵੀਰੋ ਸਹਾਰ ਦੀ ਟੀਮ ਦੇ ਉੱਤੇ ਜੁੜਦਾ ਹੋਇਆ ਲਕਸ਼ਮਣ ਘਾਲੀ ਦਾ ਮੇਰੇ ਵੀਰੋ ਫੈਸਲਾ ਜਿਹੜਾ ਰੇਡਰ ਦੇ ਉੱਤੇ ਲਓ ਅਗਲੀ ਕਬੱਡੀ ਗੋਰਾ ਜੰਡ ਵਾਲੇ ਦਾ ਪਾਉਂਦਾ ਹੋਇਆ ਮੈਦਾਨ ਦੇ ਵਿੱਚ ਮੇਰੇ ਵੀਰੋ ਕੇ ਜੋੜਦੀ ਆ ਖੇਡ ਯਾਰ ਪੈਂਦੀ ਜਦੋਂ ਰੇਡ ਯਾਰ ਲੈਣੇ ਪੈਂਦੇ ਆ ਪੁਆਇੰਟ ਫਿਰ ਸਾਧਾ ਵਾਂਗੂ ਭੜਕੇ ਮਾਰਦੇ ਆ ਧੌੜ ਜਦੋਂ ਜਾਂਦਾ ਖੂਨ ਖੌਲ ਜਦੋਂ ਜਾਂਦੇ ਆ ਗੇਂਦ ਵਾਂਗੂ ਰੁੜ ਕੇ ਲਓ ਮੇਰੇ ਵੀਰੋ ਇਸ ਵੇਲੇ ਗੋਰਾ ਜੰਡ ਵਾਲ ਦੀ ਧਰਤੀ ਦਾ ਹੋ ਗਿਆ ਮੁਕਾਬਲਾ ਲਓ ਢਾਲਿਆ ਸਾਹਮਣੇ ਸਹਾਰ ਵਾਲੇ ਨੌਜਵਾਨ ਨੇ ਮੁਕਾਬਲਾ ਸਖ਼ਤ ਹੋ ਗਿਆ ਕਬੱਡੀ ਕਬੱਡੀ ਹੋ ਗਈ ਮਿੱਤਰੋ ਲਓ ਸਮਾਂ ਬੀਤਦਾ ਜਾਂਦਾ ਘੜੀ ਦੀਆਂ ਸੂਈਆਂ ਇਸ ਵੇਲੇ ਵੇਖਦੇ ਵੀ ਦੋਨਾਂ ਖਿਡਾਰੀਆਂ ਦਾ ਚੱਲਦਾ ਹੋਇਆ ਸੰਘਰਸ਼ ਲਓ ਪੁਆਇੰਟ ਮੇਰੇ ਵੀਰੋ ਜਾਫੀ ਦੇ ਉੱਤੇ ਜੁੜਦਾ ਹੋਇਆ ਪੁਆਇੰਟ ਜਿਹੜਾ ਸਹਾਰ ਦੀ ਟੀਮ ਦੇ ਉੱਤੇ ਜੁੜਦਾ ਹੋਇਆ ਹਲਕੀ ਜੀ ਚੋਟ ਮਹਿਸੂਸ ਕਰਦਾ ਹੋਇਆ ਖਿਡਾਰੀ ਸੱਚੇ ਪਾਤਸ਼ਾਹ ਮਿਹਰ ਕਰੇ ਕਿਸੇ ਵੀ ਖਿਡਾਰੀ ਦੇ ਖੁਰ ਜਿੰਨੀ ਚੋਟ ਨਾ ਲੱਗੇ ਆਓ ਪਹਿਲਾਂ ਮੇਰੇ ਵੀਰੋ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਲਓ ਨਾਲ ਹੀ ਆਪਾਂ ਲੜਕੀਆਂ ਦਾ ਫਾਈਨਲ ਮੈਚ ਵੇਖਾਂਗੇ ਮੇਰੇ ਵੀਰੋ ਪੰਜਾਬ ਦੀਆਂ ਸ਼ੇਰ ਬੱਚੀਆਂ ਵੀ ਮਾਰਦੀਆਂ ਹੋਈਆਂ ਮੇਰੇ ਵੀਰੋ ਮੱਲਾ ਮੈਦਾਨਾਂ ਦੇ ਵਿੱਚ ਲਓ ਇੱਕ ਪਾਸੇ ਹਸਨ ਪੱਟੀ ਵਾਲਾ ਤੇ ਦੂਸਰੇ ਪਾਸੇ ਬਿੱਲਾ ਇਸ ਵੇਲੇ ਜੜਸਰ ਸਹੌਰ ਦਾ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਉੱਤੇ ਜੋੜਦਾ ਹੋਇਆ ਕਿ ਬੋਝ ਨੇ ਸਮਾਜ ਉੱਤੇ ਧੀਆਂ ਲੋਕ ਕਹਿੰਦੇ ਆ ਪਰ ਕਈ ਲੋਕ ਉੱਠ ਕੇ ਸਵੇਰੇ ਨਾਮ ਲੈਂਦੇ ਆ ਉਹ ਵੀ ਕਿਸੇ ਦੀਆਂ ਧੀਆਂ ਨੇ ਜੋ ਨੇ ਸ਼ਾਹ ਜਾਂਦੀਆਂ ਸਹੁਰਿਆਂ ਤੇ ਮਾਪਿਆਂ ਦਾ ਨਾਂ ਚਮਕਾ ਜਾਂਦੀਆਂ ਜਿੰਨਾ ਪੈਦਾ ਕੀਤੇ ਦੇਵਤੇ ਦੇਵੀ ਦੇਵਤੇ ਤੇ ਭਗਵਾਨ ਲੰਘੇ ਵਾਲੀਆਂ ਸੋਗੋ ਮੰਦਾ ਆਖੀਏ ਜਿੱਤ ਜੰਮੇ ਨੇ ਰਜਾਲ ਲੰਘੇ ਵਾਲੀਆਂ ਸੋਗੋ ਮੰਦਾ ਆਖੀਏ ਜਿੱਤ ਜੰਮੇ ਨੇ ਰਜਾਲ ਲੰਘੇ ਵਾਲੀਆਂ ਸੋ ਰਾਜਿਆਂ ਮਹਾਰਾਜਿਆਂ ਨੂੰ ਮੇਰੇ ਵੀਰੋ ਸਾਡੇ ਗੁਰੂ ਸਾਹਿਬਾਨਾਂ ਨੂੰ ਪੈਦਾ ਕਰਨ ਵਾਲੀਆਂ ਬੱਚੀਆਂ ਮੇਰੇ ਵੀਰੋ ਮਹਾਨ ਖਿਡਾਰਨ ਇਸ ਵੇਲੇ ਮੈਦਾਨ ਦੇ ਵਿੱਚ ਆ ਗਈਆਂ ਨੇ ਲਓ ਸਾਹਮਣੇ ਸਹੌਰ ਵਾਲਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਬੜਾ ਪਿਆਰਾ ਅੰਦਾਜ਼ ਮੇਰੇ ਵੀਰੋ ਕਬੱਡੀ ਪਾਉਣ ਦਾ ਚਟਾਨਾ ਵਰਗੇ ਜਾਫੀ ਲਓ ਖੇਡ ਮੈਦਾਨ ਦੇ ਵਿੱਚ ਸਾਹਮਣੇ ਦੇਖਾਂਗੇ ਵੀ ਨੌਜਵਾਨ ਜੜਸਰ ਸਹੌਰ ਦਾ ਕਬੱਡੀ ਪਾਉਂਦਾ ਹੋਇਆ
दूसरे पासे मेरे वीरो नौजवान इस वेले खेड मैदान वेखते भी हसन पट्टी की धरती का नौजवान मेरे वीरो गुरजीत सिंह आखते भी नौजवान बहुत तगड़ा जफा लाने की कोशिश करता है। लो मार दो ताड़िया दस वीरो कबड्डी कबड्डी हो गई मैदान वाह नौजवाना बल्ले बल्ले बढ़ारे जावा लो बहुत तगड़ा ला जफा बहुत तगड़ा पुरान नौजवान इस वेले अपनी टीम देसी जोड़ता हुआ। लो अगली कबड्डी गोरा जंड वाले का मेरे वीरो गलिया का मशहूर पिंड इस वेले कबड्डी पाता हुआ गोरा जंड वाला पिंड फिरोजपुर जिला मेरे वीरो के मुंडिया वे मुंडिया फिरोजपुरी आ तेरे बुलां ते शरारत नचदी आ तेरे नैणा ते शरारत हसदी आ। लो एक पासे नौजवान मेरे वीरो सहार वाला पट के खुच बहुत तगड़ा जफा लाता हुआ ते पिंड मेरे वीरो सहार की टीम देसी जोड़ता हुआ पा भी नौजवान कबड्डी। लो अगली कबड्डी बिल्ला मेरे वीरो सहार वाला पाता हुआ अड्डी चोटी वाला जोड़ दोनों टीमों का मैदान दे लग्या हुआ मेरे वीरो दोनों टीमों के महान खिलाड़ी खेल रहे हैं। लो एक एक नंबर दोनों टीमों के लिए बड़ा कीमती होगा एक एक रेड एक एक जफे के लिए जूझते हुए खिलाड़ी। लो एक पासे गुरजीत सिंह ने पट्टी खुच मेरे वीरो लगातार दूसरा जफा लाने की कोशिश करता हुआ। लो एक पासे सहार वाला बिल्ला मेरे वीरो कबड्डी पाता हुआ दूसरे पासे गुरजीत कबड्डी पाना होया के जुगा जुगा तो करन पंजाबी प्यार कबड्डी जुगा जुगा तो करन पंजाबी प्यार कबड्डी लो सामने मिर्ग वांगू भरदा होया चुंगिया मेरे वीरो लो गुट फड़िया गया भजदा होया गोरा जंड वालिया लैके नंबर मेरे वीरो मार दो ताड़िया लो सिद्धी घोड़ी वर्गा खिलाड़ी इस वेले गोरा जंड वालिया पा कबड्डी नंबर जिहड़ा हसन पट्टी की टीम दे से जोड़दा होया आ गया कबड्डी पाउण दे लई नौजवान इस वेले मेरे वीरो नौजवान चरसर सहौर का वध्या कबड्डी पाउण दे लई चक्की दे पुल वर्गी छाती मुलका वर्गे पट्ट गिलिया वर्गे टौले लो सामने मैदान दे विच मुकाबला होया हसन पट्टी दे नौजवान दे नाल लो पगला भरिया हो जाने लो पर दे उत्ते कैंची लग चुकी आ ते समा बीता जा रहा मेरे वीरो कबड्डी समय दी मथाज आ आपां समय दा इंतजार करांगे। लो नंबर मेरे वीरो हसन पट्टी दी टीम दे से जुड़दा होया पॉइंट मेरे वीरो जाफिया दे से जुड़दा होया के वड खाने ने जाफी तीर्थ दे गजार पई ओ नचदा टपदा आउंदा अजमेर जलाल पई टौले उत्ते बाज है सद्दोवाल दे कीते दे देखण वाले जफे गंगी ते जीते दे। लो सामने गोरा जंड वाली इस वेले कबड्डी पाउंदा होया इक गोरा श्री वाले दा मेरे वीरो लो तरसेम सदौर का फैसला जाफिए के हक में गोरा भी मन गया। लो मेरे वीरो गुड जजमेंट असी साडी टूर्नामेंट कमेटी दे वल्लों साडे वड्डे वीर भाई तरसेम सदौर का भी बहुत बहुत धन्यवाद करते हैं जिन्होंने दो दिन इतने रैफरी करनी मेरे वीरो बहुत वड्डियां जिम्मेवारियां होंदियां रैफरी समय का जज होंदा खिलाड़ी वीरो अपना सत्कार करना रैफरी का फर्ज बनता। आओ सामने बिल्ला इस वेले सहौर वाला कबड्डी पाता हुआ परनाले जिले का मार कबूती मेरे वीरो लो नंबर जरा इस वेले जरसर सहौर की टीम दे से जुड़ता हुआ लो जी सामने गोरा जंड वालिया रश वीरो कबड्डी पाता हुआ के कोई गुरु के खंडे नूं प्यार करता किसी के वरदा डौले ते शेर कोड़ी कोई फोटो बनाउंदा विछड़िया दी लो मेरे वीरो ते कोई भगत सिंह नूं याद करता। लो सामने डक्या गया गोरा जंड वाली आते फिर जफा लग गया। लो मेरे वीरो बलजीत आखदे आ इस खिलाड़ी नूं 65 सालां दी उम्र आ मेरे वीरो लो नंबर जिहड़ा जाफी दे से जुड़दा होया ते इसे नाल ही मुकाबला समाप्त दसो वीर जी कि टीम जित रही आ इस मैच हसन पट्टी की टीम के नंबर ने 8.5 ते जरसर सहौर की टीम के नंबर ने 11 लै भी तस्वीर ताड़ी मार दे यार दोनों टीमों के नाम से 11 पॉइंटा जरा जरसर सहौर की टीम इस मुकाबले तो जीतू रही है। अगली गल करेगा मैच से मेरा वीर सचैन चौंडिया जी लो जी दस वीरे साडे सरदार सूबा सिंह जी सरपंच जैमण वाला कहते ने रौते वाली प्रवीण जिन्हें भी जाफी जफे लाउणगे हरेक जफे से 500 रुपए दिता जाएगा बहुत बहुत धन्यवाद करते सरपंच साहब के परिवार का साडे दानी सजणा का जिन्हें भी बहुत वड्डे माण बख्शे ने मेरे वीरो। लो जी सरपंच सरदार सूबा सिंह जी कहते ने प्रवीर आते भी जिन्या कबड्डिया पावेगी और जिन्हें जफे लगन गए हरेक जफे से
500 रुपए के मान जाफिया के हो गए जिन्हें भी प्रवीण राउते भी खिडारन जफे लगनगे। अगली गल करेगा मेरा भी सच्चा चोड़िया साढ़े भी इक्की अंक से फैसला होगा जी। नोट करो स्कोर वीर। हाँ जी अमित वीर रौता केड़ी साइड आ अट्टे वाली साइड रौता इधर पट्ठे वाली साइड टीम जी औख दी आ भाई जगमोहन कहता भी दबई वाला जे प्रवीण लगातार 3 पॉइंट लेंदी आ तां मेरे वीरो जिहड़ा 500 रुपया होगा जगमोहन दबई वाले वालों और पहला पॉइंट जिहड़ा है प्रवीण का हो गया 100 रुपया जगमोहन साढ़े वीर वालों है नाल ही साढ़े वीर बेस दे दे यार भाई साउंड वाला कबीर कित्थे आ यार साउंड साउंड वाला वीर कबर साउंड बेस दे इहनूं थोड़ा जिहा। दूजे राउंड का पहला मैच चंद प्राणा वर्स रणसिंह खुरद दूजे राउंड का खाट किलो का पहला मैच चंद प्राणा वर्स रणसिंह खुरद कृपा करके दोनों टीमों के खिडारी कपड़े ला के ग्राउंड के आ जाए जल्दी तो जल्दी। लो जी प्रवीण की कबड्डी वाह नहीं रीसा 100 150 200 200 हो गया भाई वाह जी वाह 500 आज कहते लगातार 3 पॉइंट लवेगी उधर रणसिंह खुरद के चंद प्राणा ये आओ भाई रणसिंह खुरद के चंद प्राणा ये बिल्कुल तैयारी फड़ लो वाह नहीं रिश्ता के बेअंत पुत्तां तो प्यारीए नी दुखां दी मारीए नी लंघिया नी है नीवे होके किवें ललकारीए असी तेरे नाल खाली कुड़ी ना जहर दी चुप कर भोलीए नी कहे दीए डालीए समझे समाज तेनू जुत्ती धीए पैर दी समझे समाज तेनू जुत्ती धीए पैर दी। प्रवीण मेरे वीरो वाह नहीं रिश्ता लगातार तीजी कबड्डी इस वडियार दी पंजाब दीआं छेड़ियां मावां दीआं शेर बच्चियां ने वाह कहिंदे कबड्डी आ 500 हो गया जी जगमोहन सिंह दुबई वालिआं वल्लों नाल साडे चाचा जी सूबा सिंह सरपंच होणा वल्लों ए 1000 रुपया हो गया प्रवीण दे लई। लागरी मेजर सिंह जिथे भी है आवाज सुन लिया सर लंगर हाल के पहुंच जान लागरी मेजर सिंह जी वाह उधर देखो भाई गल कसूती हो गई है वाह जी वाह नहीं रिश्ता के कुड़ियां तो चिड़िया ने पर नहीं होंगे कुड़ियां दे कुड़ियां तो चिड़िया ने पर घर नहीं होंगे कुड़ियां दे पेके सहुरे होंगे ने पर घर नहीं होंगे कुड़ियां दे। सरदार बलदेव सिंह जी बराड़ साहब साढ़े बड़े भाई जी हरजंट सिंह जी USA वाले साढ़े बड़े भाई जी जिन्हां ने छोटे वीर बड़ा प्यार दे नाल इस पासे तोरिया बड़ा ही समझा बुझा के इस पासे लाया कि इधर तैनू आना चाहिए और मैं अज इन्हां दी देन आ कि मैं कमेंट्री कर रहे हैं नाल ही साडा भाई जसवंत सिंह जी होनी समय समय सिर जिहड़ा इह दसदे रहिंदे ने और बहुत धन्यवाद है दसदे लई भी जिहड़े माण पुज्जे ने नाल ही गुरवीर सिंह जी माण होणा वल्लों भी माण पुज्जे ने और इस वेले जफा जिहड़ा मेरे वीरो रौंते दी टीम दे हिस्से दे विच आ पीला गुजर वाली आ फैसले करदा मेरे वीरो कि पॉइंट जिहड़ा नौजवान मटियार जिहड़ी रौंते दी टीम दा चल भाई प्रवीण पाक वड्डी देखो कल्ली आ रेडर मेरे वीरो चंद प्राणा ये वर्ष रणसिंह खुरद कृपा करके दोनों टीमों के खिलाड़ी जल्दी जल्दी ग्राउंड के आ जाए क्या मैं चंद नवा ये वर्ष वड्डा घर ये खिलाड़ी भी तैयारी कर लैन अपनी लो जी 3 कौड़ियां फिर जे प्रवीण दियां तां 500 होर है इस तो बाद 3 कौड़ियां होर आ तां 500 होर होवेगा वाह भाई वाह कि उन्हें कट्टी भाइयों की गाल ते मैं सस गोटिया थले लै ली उन्हें कट्टी भाइयों की गाल ते मैं सस गोटिया थले लै ली कि अजी हसन खेडण दीआं गल्लां कि बेअंत पुत्तां बिना कुल नहीं उह वधदी धीआं नूं कहिंदे जुग जननी पुत्त मापिआं दा होण सरमाया धीआं तां बेगाना तां नहीं ते औरतां मर्दां दे दर्जे उह फिर भी अधूरियां ही ने लंघिआ नहीं है बेअंत मापे पुत्तरां नूं गुट ਧੀਆਂ ਦੇ ਪੱਲੇ ਘੂਰੀਆਂ ਹੀ ਨੇ
ਮਰੋਲ ਪਿੰਡ ਆ ਜੀ, ਕਹਿੰਦੇ ਵੀ ਚੈਂਪੀਅਨਸ਼ਿਪ ਤੋਂ ਫਾਸਾ ਸਭਾ ਸਾਹਿਬ ਬਾਈ ਜੀ ਮੈਂ ਇਸ ਮੈਚ ਲਈ ਉੱਥੇ ਜਾ ਸਕਦਾ? ਠੀਕ ਹੈ ਜੀ, ਵਾਹ ਜੱਦੋਜਹਿਦ ਜਾਰੀ ਆ, ਪਰ ਪੁਆਇੰਟ ਜਿਹੜਾ ਇਹ ਨੌਜਵਾਨ ਇਸ ਔਲਖਾਂ ਵਾਲੀ ਮੁਟਿਆਰ ਦੇ ਹਿੱਸੇ ਦੇ ਵਿੱਚ ਆ। ਚੱਲ ਵੀ ਤਾਂ ਪ੍ਰਵੀਨ ਅਗਲੀ ਕਬੱਡੀ, ਇੱਕ ਪੁਆਇੰਟ ਹੋ ਗਿਆ ਪ੍ਰਵੀਨ ਦਾ, ਫਿਰ ਤਿੰਨ ਪੁਆਇੰਟ ਲੈਂਦੀ ਆ ਤਾਂ ਫਿਰ ਮੇਰੇ ਵੀਡੀਓ ਕਹਿੰਦੇ 500 ਰੁਪਇਆ ਹੋਵੇਗਾ ਜਗਮੋਹਨ ਸਿੰਘ ਦੁਬਈ ਵਾਲੇ ਵੱਲੋਂ। ਔਰ ਕਿ ਮਾਵਾਂ ਤੇ ਧੀਆਂ ਕਰਦੀਆਂ ਆਪਸ ਵਿੱਚ ਗੱਲਾਂ, ਮਾਵਾਂ ਤੇ ਧੀਆਂ ਕਰਦੀਆਂ ਆਪਸ ਵਿੱਚ ਗੱਲਾਂ, ਸੀਨੇ ਚੋਂ ਦਰਦ ਵਿਛੋੜਾ ਮਾਰਦਾ ਏ ਛੱਲਾ, ਸੀਨੇ ਚੋਂ ਦਰਦ ਵਿਛੋੜਾ ਮਾਰਦਾ ਏ ਛੱਲਾ। ਦੋ ਪੁਆਇੰਟ ਮੇਰੇ ਵੀਡੀਓ ਇਸ ਵੇਲੇ ਪ੍ਰਵੀਨ ਦੇ ਹੋ ਗਏ ਨੇ। ਇਹ ਨਰੋਲ ਟੀਮ ਆ, ਇੱਕੋ ਪਿੰਡ ਦੀਆਂ ਖਿਡਾਰਨਾ, ਕੋਈ ਵੀ ਦੂਜੇ ਪਿੰਡ ਦੀ ਕੋਈ ਖਿਡਾਰਨ ਨਹੀਂ, ਸਾਰੀਆਂ ਇਹ ਖਿਡਾਰਨਾ ਨੌਤੇ ਪਿੰਡ ਦੀਆਂ। ਦੇਖੋ ਫਾਈਨਲ ਦੇ ਵਿੱਚ ਪੁੱਜੀਆਂ 7-8 ਟੀਮਾਂ ਦੇ ਵਿੱਚੋਂ, ਔਰ ਉਧਰ ਬੀਲਾ ਗੁੱਜਰ ਵਾਲੀਆ ਫੈਸਲੇ ਕਰਦਾ ਕਿ ਪੁਆਇੰਟ ਜਿਹੜਾ ਇਹ ਨੌਜਵਾਨ ਮਟਿਆਰ ਦਾ, ਜਾਫੀ ਦਾ ਔਰ ਰੌਤੇ ਦਾ। ਚੱਲ ਵੀ ਗੁੜੀਆ ਪਾ ਕਬੱਡੀ, ਔਰ ਇਸ ਵੇਲੇ ਇਹ ਪੈਂਦੀ ਹੋਈ ਇਸ ਮਟਿਆਰ ਦੀ ਕਬੱਡੀ। ਅੱਜ ਕੱਲ੍ਹ ਮੇਰੇ ਵੀਰੇ ਕੁੜੀਆਂ ਮੁੰਡਿਆਂ ਦੇ ਬਰਾਬਰ ਨੇ, ਚਾਹੇ ਕੋਈ ਪਾਇਲਟ ਆ, ਚਾਹੇ ਕੋਈ ਇੰਜੀਨੀਅਰ ਆ, ਚਾਹੇ ਕੋਈ ਵੱਡੀ ਜੌਬ ਤੇ ਆ, ਚਾਹੇ ਪੰਜਾਬ ਪੁਲਿਸ ਦੀਆਂ ਗੱਲਾਂ ਨੇ, ਚਾਹੇ ਕਿਰਨ ਬੇਦੀ ਵਰਗੀਆਂ ਮੇਰੇ ਵੀਰੇ ਬੜੀਆਂ ਜਿਹੜੀਆਂ ਕਲਪਨਾ ਚਾਵਲਾ ਵਰਗੀਆਂ ਪੰਜਾਬ ਦੀਆਂ ਮੁਟਿਆਰਾਂ ਹੋਈਆਂ ਨੇ, ਵੱਡੇ ਪੱਧਰ ਤੇ ਮੱਲਾਂ ਮਾਰੀਆਂ ਇਹਨਾਂ ਮੁਟਿਆਰਾਂ ਨੇ। ਔਰ ਅੱਜ ਵੀ ਜਿਹੜਾ ਦੇਖੋ ਇਸੇ ਗਰਾਊਂਡ ਦੇ ਵਿੱਚ ਮੱਲਾਂ ਮਾਰਦੀਆਂ ਹੋਈਆਂ, ਲੱਗਦਾ ਹੋਇਆ ਜੱਫਾ। ਇਸ ਵੇਲੇ ਬੀਲੇ ਗੁੱਜਰ ਵਾਲੀ ਦੇ ਵਿਸਲ ਦਾ ਫੈਸਲਾ ਆ ਚੱਲਿਆ, 500 ਦਾ ਨੋਟ ਚੰਦ ਪੁਰਾਣਾ ਇਹ ਵਸਤਰ ਸੀ ਖੁਰਦ, ਦੋਨੋਂ ਟੀਮਾਂ ਹਲੇ ਤੱਕ ਨਹੀਂ ਪਹੁੰਚੀਆਂ। ਐਂਟਰੀ ਗੇਟ ਤੇ ਆਓ ਬਈ, ਚੰਦ ਪੁਰਾਣਾ ਤੇ ਰਸੀ ਖੁਰਦ, ਵਾਹ ਜੀ ਵਾਹ, 150, 200, 300, 400, 500 ਗਿਆ। ਰਣਸੀ ਖੁਰਦ ਦੀ ਟੀਮ ਪਹੁੰਚ ਗਈ ਚੰਦ ਪੁਰਾਣਾ ਏ, ਕਿਰਪਾ ਕਰਕੇ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਚੰਦ ਪੁਰਾਣਾ ਏ। ਉਸ ਤੋਂ ਅਗਲਾ ਮੈਚ ਚੰਦ ਨਵਾਂ ਇਹ ਵਰਤੋਂ ਦਾ ਵੱਡਾ ਘਰ, ਇਹ ਦੋਨੋਂ ਟੀਮਾਂ ਵੀ ਗਰਾਊਂਡ ਦੇ ਨੇੜੇ ਆ ਜਾ। ਸਾਡੇ ਚਾਚਾ ਜੀ ਸੁਭਾ ਸਿੰਘ ਜੀ ਸਰਪੰਚ ਇਸ ਟੋਪਰ ਦੇ ਲਈ 500 ਰੁਪਇਆ ਮਾਣ ਭੇਜਦੇ ਆ ਜਿਹਨੇ ਜੱਫਾ ਲਾਇਆ। ਸਾਡੇ ਚਾਚਾ ਜੀ ਸੁਭਾ ਸਿੰਘ ਜੀ ਸਰਪੰਚ ਸਾਹਿਬ, ₹500 ਰੁਪਇਆ ਜਗਤਾਰ ਸਿੰਘ ਜੀ ਸਰਪੰਚ ਸਾਡੇ ਰਿਸਪੈਕਟਰ ਸਿੱਖੀਅਤ ਇਹਨਾਂ ਵੱਲੋਂ ਵੀ ਆ ਇਸ ਟੱਪਰ ਦੇ ਲਈ ਆ। ਇਹ ਭੁੱਲ ਵੀਰੇ ਇਹਨਾਂ ਦਾ ਆਰਡਰ ਰੱਖ ਲਿਓ, 1000 ਰੁਪਇਆ ਸਰਦਾਰ ਸੁਭਾ ਸਿੰਘ ਜੀ ਸਰਪੰਚ ਹੋਣਾ ਵੱਲੋਂ, ਔਰ 500 ਜਿਹੜਾ ਇਹਨਾਂ ਵੱਲੋਂ ਤੇ 500 ਜਗਤਾਰ ਸਿੰਘ ਸਰਪੰਚ ਵੱਲੋਂ, 500 ਸੁਭਾ ਸਿੰਘ ਜੀ ਹੋਣਾ ਵੱਲੋਂ। ਔਰ ਚੱਲ ਵੀ ਨੌਜਵਾਨ ਮੁੰਡਿਆ ਭਾਰ ਵੱਡੀ ਕਿ ਧੀਆਂ ਤੇ ਤਰੇਕਾਂ ਕਦੇ ਭਾਰ ਨਹੀਂ ਹੁੰਦੀਆਂ, ਧੀਆਂ ਤੇ ਤਰੇਕਾਂ ਕਦੇ ਭਾਰ ਨਹੀਂ ਹੁੰਦੀਆਂ, ਬਿਆੰਤ ਪੁੱਤਾਂ ਬਿਨਾਂ ਕੁੱਲ ਨਹੀਂ ਵੱਧਦੀ। ਧੀਆਂ ਨੂੰ ਕਹਿੰਦੇ ਜੱਗ ਜਨਨੀ, ਪੁੱਤ ਮਾਪਿਆਂ ਦਾ ਹੋਰ ਸਰਮਾਇਆ, ਧੀਆਂ ਦਾ ਬੇਗਾਨਾ ਧਨਨੀ। ਵੇ ਔਰਤਾਂ ਨੂੰ ਮਰਦਾਂ ਦੇ ਦਰਜੇ ਉਹ ਫੇਰ ਵੀ ਅਧੂਰੀਆਂ ਹੀ ਨੇ, ਲੰਘਿਆ ਨਹੀਂ ਹੈ ਬਿਆੰਤ ਮਾਪੇ ਪੁੱਤਰਾਂ ਨੂੰ ਕੁੱਟ ਦੇਣ ਚੂਰੀਆਂ, ਧੀਆਂ ਦੇ ਪੱਲੇ ਘੂਰੀਆਂ ਹੀ ਨੇ, ਧੀਆਂ ਦੇ ਪੱਲੇ ਘੂਰੀਆਂ ਹੀ ਨੇ। 100 ਰੁਪਇਆ ਇਸ ਟੋਪਰ ਦੇ ਲਈ ਆ ਜਿਹਨੇ ਹੁਣੇ ਹੁਣੇ ਰੌਂਦੇ ਵੱਲੋਂ ਜੱਫਾ ਲਾਇਆ। ਇੱਧਰ ਭੋਲੇ ਵੀਰ ਨੂੰ ਦੇਈ ਚਲੋ ਜੀ ਰੌਂਦੇ ਦੇ ਲਈ। ਰਸੀ ਗੁਰ ਤੇ ਚੰਦ ਪੁਰਾਣਾ ਯਾਰ ਕਿੱਥੇ ਆ ਬਾਈ, ਅਸੀਂ ਇੰਤਜ਼ਾਰ ਨਹੀਂ ਕਰਨਾ ਚਾਹੇ ਦੂਜੇ ਰਾਊਂਡ ਤੇ ਚਾਹੇ ਤੀਜੇ ਚ, ਬਾਈ ਟੀਮ ਕਰ ਦੇਣੀ ਆ। ਨਾਲੇ ਪਤਾ ਤੁਹਾਨੂੰ ਰੂਲਾਂ ਦਾ, ਇਸ ਕਮੇਟੀ ਸਾਡੇ ਵੀਰਾਂ ਦਾ ਬੜੇ ਵਧੀਆ ਪ੍ਰਬੰਧ ਆ, ਡਿਸਿਪਲਨ ਆ, ਜੇ ਤੁਸੀਂ ਸਾਥ ਦਿਓਗੇ ਤਾਂ ਅਸੀਂ ਵੀ ਜਿਹੜਾ ਕਿੰਨਾ ਸਾਥ ਦੇ ਰਹੇ ਹਾਂ ਕੱਲ ਤੋਂ ਲੈ ਕੇ ਤੁਹਾਡਾ, ਪਰ ਤੁਸੀਂ ਕੋਈ ਬਹੁਤਾ ਵਧੀਆ ਰਿਸਪੋਂਸ ਨਹੀਂ ਦਿੰਦੇ। ਔਰ ਇਸ ਵੇਲੇ ਪੁਆਇੰਟ ਜਿਹੜਾ ਇਹ ਨੌਜਵਾਨ ਧਾਵੀ ਦਾ, ਚੱਲ ਵੀ ਰੌਂਦੇ ਵੱਲ ਇਹ ਨੌਜਵਾਨ ਮੁਟਿਆਰ ਪੈਂਦੀ ਹੋਈ ਕਬੱਡੀ। ਵਿਰੋਧੀਆਂ ਦੇ ਵਿਹੜੇ ਦੇ ਵਿੱਚ 4 ਜਾਫਣਾ ਨੇ ਇਸ ਵੇਲੇ, ਦੇਖਦੇ ਆ ਕੀ ਗੱਲ ਕਰਦੀਆਂ ਨੇ। ਕਹਿੰਦੇ ਵੀ ਇਹ ਦੇਖਦੇ ਆ, ਵਾਹ ਨਹੀਂ ਰੀਸਾ, ਨਹੀਂ ਰੀਸਾ, ਇਹ ਤਸੀਮ ਸੰਦੌਰ ਫੈਸਲੇ ਕਰਦਾ ਮੇਰੇ ਵੀਰੇ ਕਿ ਪੁਆਇੰਟ ਜਿਹੜਾ ਨੌਜਵਾਨ ਮੁਟਿਆਰ ਦਾ ਇਹ ਜਾਫੀ ਦਾ। ਰਸੀ ਖੁਰਦੀ ਟੀਮ ਪਹੁੰਚ ਗਈ ਚੰਦ ਪੁਰਾਣਾ ਏ, ਕਿੱਥੇ ਕਿਤੇ ਖਿਡਾਰੀ ਆਵਾਜ਼ ਸੁਣਦੇ ਆ, ਕਿਰਪਾ ਕਰਕੇ ਜਲਦੀ ਜਲਦੀ ਗਰਾਊਂਡ ਦੇ ਕੋਲੇ ਆ ਜਾਣ। ਦੂਜਾ ਮੈਚ ਚਾਂਦਨਾ ਇਹ ਵਰਤੋਂ ਦਾ ਵੱਡਾ ਘਰ, ਇਹ ਖਿਡਾਰੀ ਆਪਣੇ ਕੱਪੜੇ ਲਾ ਕੇ ਗਰਾਊਂਡ ਦੇ ਨੇੜੇ ਆ ਜਾਓ। ਲਓ ਜੀ
ਸੂਬਾ ਸਿੰਘ ਜੀ ਸਰਪੰਚ ਹੋਣਾ ਵੱਲੋਂ ਦੇਖੋ ਕਿੰਨੀ ਇਹ ਵਧੀਆ ਗੱਲ ਆ ਵੀ ਜੇ ਪ੍ਰਵੀਨ 3 ਪੁਆਇੰਟ ਲਗਾਤਾਰ ਲੈਂਦੀ ਹੈ ਤਾਂ 1000 ਔਰ ਇਹਨਾਂ ਨੂੰ ਇੱਕ ਵਾਰੀ ਮਿਹਨਤ ਕਰਨੀ ਪੈਣੀ ਆ ਜੇ ਜੱਫਾ ਲਾਉਂਦੀਆਂ ਤਾਂ 1000 ਜਿਹੜਾ ਔਲਖ ਦੀ ਟੀਮ ਦਾ ਇੱਧਰ ਫੜਾ ਦਿਓ ਜੀ ਭੋਲੇ ਵੀਰ ਨੂੰ ਔਲਖਾਂ ਦੀ ਟੀਮ ਵਾਸਤੇ ਸਟੋਪਰ ਦੇ ਲਈ ਆ ਪ੍ਰਵੀਨ ਨੂੰ ਜੇ ਜੱਫਾ ਲਾਉਣਗੇ ਤਾਂ 500 ਰੁਪਇਆ ਹੋਵੇਗਾ 1000 ਵਾਹ ਜੀ ਵਾਹ ਸਰਪੰਚ ਸਾਹਿਬ ਸਭ ਤੋਂ ਲੈ ਕੇ ਵੱਡੀਆਂ ਜ਼ਿੰਮੇਵਾਰੀਆਂ ਵੀ ਔਰ ਨੋਟਾਂ ਦੀ ਵਰਖਾ ਵੀ ਔਰ ਜੇ ਮੇਰੇ ਵੀਰ ਨਹੀਂ ਜੱਫਾ ਲੱਗਦਾ ਤਾਂ 1000 ਰੁਪਇਆ ਤੇ ਲਗਾਤਾਰ 3 ਕਬੱਡੀਆਂ ਦਾ ਜਿਹੜਾ ਪੁਆਇੰਟ ਆ ਉਹ ਪ੍ਰਵੀਨ ਦਾ ਹੋਵੇਗਾ 1000 ਰੁਪਇਆ ਦੇਖੀ ਬਈ ਹਰਜੰਟ USA ਵਾਲਿਆ ਇਸ ਵੇਲੇ ਤੇ ਰੌਂਦੇ ਦੀ ਤਰਫੋਂ ਕਬੱਡੀ ਪੈਂਦੀ ਆ ਕਹਿੰਦੇ ਮੇਰੇ ਵੀਰ ਫਰਿਜਨੋ ਦੇ ਵਿੱਚ ਰਹਿੰਦਾ ਸਾਡਾ ਵੀਰ ਹਰਜੰਟ USA ਵਾਲਾ ਨਾਲ ਬਲਦੇਵ ਸਿੰਘ ਜੀ ਸਾਡੇ ਬਾਈ ਜੀ ਔਰ ਨਾਲ ਸਾਡਾ ਵੀਰ ਜਸਵੰਤ ਬਰਾੜ ਜੀ ਗੁਰਵੀਰ ਮਾਨ ਜੀ ਔਰ ਹੋਰ ਵੀ ਮਾਣਯੋਗ ਰਿਸਪੈਕਟਡ ਸ਼ਖਸੀਅਤਾਂ ਇੱਧਰ ਸਾਡੇ ਕਲੱਬ ਮੈਂਬਰ ਵੀ ਪੱਪਾ ਭਾਰ ਹੋਏ ਬੈਠੇ ਨੇ ਸਾਡੇ ਚਾਚਾ ਜੀ ਸੂਬਾ ਸਿੰਘ ਜੀ ਹੋਣੀ ਬੜਾ ਹੀ ਮਾਣ ਦੇ ਰਹੇ ਨੇ ਇਹਨਾਂ ਬੱਚਿਆਂ ਨੂੰ ਉੱਧਰ ਸਾਡਾ ਵੀਰ ਅਮਰ ਸਰਾਮ ਵੀ ਮੇਰੇ ਵੀਰ ਲਫ਼ਤ ਜਿਗਰ ਆ ਸਰਦਾਰ ਸੂਬਾ ਸਿੰਘ ਜੀ ਸਰਪੰਚ ਹੋਣਾ ਦਾ ਉਹ ਵੀ ਇਹਨਾਂ ਮੈਚਾਂ ਦੇ ਨਾਲ ਜੁੜਿਆ ਹੋਇਆ ਸਾਡਾ ਵੀਰ ਆਸਟ੍ਰੇਲੀਆ ਦੀ ਧਰਤੀ ਤੇ ਬੈਠਾ ਔਰ ਜਿਹੜਾ ਲਾਈਵ www.live1.com ਦੇ ਜ਼ਰੀਏ ਸਾਡਾ ਵੀਰ ਅਮਰ ਸਰਾਮ ਵੀ ਇਹਨਾਂ ਕਬੱਡੀਆਂ ਨੂੰ ਤੱਕ ਰਿਹਾ ਮੁਕਾਬਲਾ ਸਮਾਪਤ ਹੈ ਜੀ ਖਿਡਾਰੀਆਂ ਨੂੰ ਬੇਨਤੀ ਹੈ ਵੀ ਪੈਸੇ ਲੈ ਜਾਓ ਲਓ ਜੀ ਪੁਆਇੰਟ ਸੁਣ ਲਓ 8.5 ਪੁਆਇੰਟ ਔਲਖਾ 21 ਪੁਆਇੰਟ ਰੌਂਦਾ ਤਾੜੀਆਂ ਮਾਰਦੇ ਵਾਸਤੇ ਜੇ ਮੈਚ ਵਧੀਆ ਲੱਗਿਆ ਤਾਂ ਜਿਉਂਦੇ ਰਹੋ ਜਵਾਨੀਆਂ ਮਾਣੋ ਪ੍ਰਵੀਨ ਪੈਸੇ ਲੈ ਜਾਓ ਆਪਦੇ ਮੁਬਾਰਕਬਾਦ ਹੈ ਸਾਡੇ ਮੀਤੇ ਵੀਰ ਨੂੰ ਬੜੀ ਮਿਹਨਤ ਹੈ ਸਾਡੇ ਮੀਤੇ ਵੀਰ ਦੀ ਸੁਪਰ ਸਟਾਰ ਖਿਡਾਰੀ ਰਿਹਾ ਆਪਣੇ ਸਮੇਂ ਦਾ ਬਹੁਤ ਬਹੁਤ ਧੰਨਵਾਦ ਹੈ ਵੀਰ ਦਾ ਜੋ ਬੜੀ ਵਧੀਆ ਕੋਚਿੰਗ ਇਹਨਾਂ ਖਿਡਾਰੀਆਂ ਨੂੰ ਦੇ ਰਿਹਾ ਬਹੁਤ ਬਹੁਤ ਮੁਬਾਰਕਾਂ ਜੀ ਮੀਤੇ ਵੀਰ ਜਿਉਂਦੇ ਰਹੋ ਬੜਾ ਸੁਪਰ ਸਟਾਰ ਖਿਡਾਰੀ ਟਰੋਲੀ ਦੀ ਧਰਤੀ ਦੇ ਇੱਕ ਬੜੇ ਬੜੀਆਂ ਸ਼ਾਨਦਾਰ ਕਬੱਡੀ